ਪਿਛਲੇ 50 ਸਾਲ ਚ 22 ਸਾਲ ਸਦਾ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਰਹੇ, 10-12 ਸਾਲ ਰਾਸ਼ਟਰਪਤੀ ਰਾਜ ਰਿਹਾ, ਗਵਰਨਰ ਰਾਜ ਅਤਵਾਦ ਦਾ ਟਾਈਮ ਸੀ, ਉਹਦੇ ਬਾਕੀ ਸਮਾਂ ਕਾਂਗਰਸ ਦੇ ਰਾਜ ਰਿਹਾ। ਮੈਂ ਹੁਣ ਸਵਾਲ ਕਿਸਾਨਾਂ, ਸਾਰੇ ਕਿਸਾਨ ਬੈਠੇ ਆ, ਤੁਹਾਨੂੰ ਪੁੱਛਣਾ ਚਾਹੁੰਦਾ। 15 ਲੱਖ ਟਿਊਬਵੈਲ ਕਨੈਕਸ਼ਨ ਪੰਜਾਬ ਦੇ ਆ, 13 ਲੱਖ ਅਕਾਲੀ ਸਰਕਾਰ ਨੇ ਦਿੱਤੇ ਆ, 13.5 ਲੱਖ। ਜਿਹੜਾ ਟਿਊਬਵੈਲ ਤੋਂ ਪਾਣੀ ਲਾਉਣੇ ਉਹ ਬਿਜਲੀ ਮੁਫ਼ਤ ਕੀਤੀ ਹੈ ਬਾਦਲ ਸਾਹਿਬ ਨੇ। ਜਿਹੜਾ ਟਰੈਕਟਰ ਚਲਾਉਣੇ ਹੋ ਉਹਦੇ ਤੇ ਟੈਕਸ ਲੱਗਦਾ ਹੁੰਦਾ ਸੀ, ਬਾਦਲ ਸਾਹਿਬ ਨੇ ਮਾਫ਼ ਕੀਤਾ। ਜਿਹੜੀਆਂ ਨਹਿਰਾਂ ਤੇ ਕਸੀਆਂ ਚੋਂ ਪਾਣੀ ਆਉਂਦਾ ਸਾਰੀਆਂ ਬਾਦਲ ਸਾਹਿਬ ਨੇ ਬਣਾਈਆਂ। ਜਿਹੜੀਆਂ ਮੰਡੀਆਂ ਜਾ ਕੇ ਤੁਸੀਂ ਫਸਲ ਵੇਚਦੇ ਹੋ ਪਿੰਡਾਂ ਚ, ਉਹ ਬਾਦਲ ਸਾਹਿਬ ਨੇ ਬਣਾਈਆਂ। ਪੱਕੇ ਖਾਲੇ ਬਾਦਲ ਸਾਹਿਬ ਨੇ ਬਣਾਏ ਆ, ਅੰਡਰਗਰਾਊਂਡ ਪਾਈਪ ਸਿਸਟਮ ਬਾਦਲ ਸਾਹਿਬ, ਆਟਾ ਦਾ ਦੇਣ ਵਾਲਾ ਅਕਾਲੀ ਦਲ, ਸ਼ਗਨ ਦੇਣ ਵਾਲਾ ਅਕਾਲੀ ਦਲ, ਪੈਨਸ਼ਨ ਦੇਣ ਵਾਲਾ ਅਕਾਲੀ ਦਲ, ਐਸੀ ਸਕਾਲਰਸ਼ਿਪ ਦੇਣ ਵਾਲਾ ਅਕਾਲੀ ਦਲ, ਲੜਕੀਆਂ ਨੂੰ ਸਾਈਕਲ, ਸਰਕਾਰੀ ਹਸਪਤਾਲਾਂ ਨੂੰ ਮੁਫ਼ਤ ਦਵਾਈਖਾਨਾ ਖੋਲਣ ਵਾਲਾ ਅਕਾਲੀ ਦਲ, ਹੁਣ ਸਾਰੇ ਬੰਦ ਹੈ। ਤੁਸੀਂ ਗੁਰੂ ਦੀ ਨਗਰੀ ਅੰਮ੍ਰਿਤਸਰ ਤੋਂ ਪਠਾਨਕੋਟ ਚਲੇ ਜਾਓ, ਜਲੰਧਰ ਚਲੇ ਜਾਓ, ਬਠਿੰਡੇ ਚਲੇ ਜਾਓ, ਹੁਣ ਦੇਖੋ ਸੜਕਾਂ ਕਿਹੋ ਜਿਹੀਆਂ ਬਣਾਤੀਆਂ, ਪਹਿਲੇ ਕਿਤੇ ਬਣੀਆਂ। ਗਰਮੀਆਂ ਤੁਹਾਨੂੰ 8-8 ਘੰਟੇ ਦੇ ਕੱਟ ਲੱਗ ਜਾਂਦੇ ਸੀ, ਆ ਬਿਜਲੀ ਪੂਰੇ ਕਰਨ ਵਾਲਾ ਅਕਾਲੀ ਦਲ ਹੈ। ਜਿੰਨੇ ਥਰਮਲ ਪਲਾਂਟ ਪੰਜਾਬ ਬਣਾਇਆ ਅਕਾਲੀ ਦਲ ਨੇ ਬਣਾਇਆ, ਭਾਵੇਂ ਅੰਮ੍ਰਿਤਸਰ ਏਅਰਪੋਰਟ ਹੈ, ਇੰਟਰਨੈਸ਼ਨਲ ਮੋਹਾਲੀ ਇੰਟਰਨੈਸ਼ਨਲ ਏਅਰਪੋਰਟ ਹੈ, ਆਪਣਾ ਬਠਿੰਡਾ ਤੋਂ ਲੈ ਕੇ ਜਲੰਧਰ ਵਾਲਾ ਏਅਰਪੋਰਟ, ਸਾਰੇ ਏਅਰਪੋਰਟ ਅਕਾਲੀ ਦਲ ਨੇ ਬਣਾਇਆ। ਇੱਕ ਨਿਸ਼ਾਨੀ ਦੱਸ ਦਿਓ, ਕਾਂਗਰਸ ਦੀ ਝਾੜ ਵਾਲੇ ਤੇ ਕੋਈ ਨਿਸ਼ਾਨੀ ਹੈ ਹੀ ਨਹੀਂ। ਜੇ ਸੇਵਾ ਕਰਨ ਵਾਲਾ ਅਕਾਲੀ ਦਲ, ਤੁਹਾਡੀ ਬਾਹ ਫੜਨ ਵਾਲਾ ਅਕਾਲੀ ਦਲ, ਤੁਹਾਡੀ ਲੜਾਈ ਲੜਨ ਵਾਲਾ ਅਕਾਲੀ ਦਲ, ਫਿਰ ਆਪਾਂ ਅਕਾਲੀ ਦਲ ਨਾਲ ਕਿਉਂ ਨਹੀਂ ਖੜਦੇ? ਆਹ 10 ਸਾਲ ਤੁਹਾਡੇ ਖਰਾਬ ਹੋ ਗਏ, 10 ਸਾਲ ਆਪਾਂ 1 ਵੋਟ ਪਾ ਕੇ ਆਪਾਂ 5 ਸਾਲ ਖਰਾਬ ਕਰ ਦੇਣੇ।